लोगों की आवाज़ टीवी वालों बहुत बड़ा खुलासा किया जा रहा है। जो तुसी सामने बंदूक फड़ी सिख देखते हो, यह श्रोमणी कमेटी के बहादुर सुरमे हैं। रविदासियां दे गुरद्वारे अते गुंगियां ते काबज होना चाहते हैं। यह श्रोमणी कमेटी के सुरमे तुसी वेखते हो किवें मूँह बन्ने हुए हैं, जिमें कि गुआढ़ी देश नाल जंग लड़नी होवे। तुसी ये तस्वीर गुरु रविदास गुरद्वारा तलवंडी साबो के दियां वेखते हो। इतिहासिक गुरुद्वारा पुंगा नानकसर रामदासियां तलवंडी साबो विखे श्रोमणी कमेटी कब्जा करना चाहती है। तुसी देख सकते हो इन्हां दे हत्थां दे विच लाठियां अते वड्डे वड्डे हथियार हन, इन्हां दे कोल मौजूद हन। रविदास महाराज दे गुरुद्वारे ते कब्जा करना चाहते हैं। इस वीडियो ने शेयर जरूर करो। आओ सुनते हाँ बाबा प्रगट सिंह दे विचार की कहना है। ठंडे बाटे दी इन्हां ने पौल छकी आ, ये जिन्हां ने अज महाराज ने कहा सी ए गरीब सिखों को दो पातशाही याद रखन हमरी गरियाई, ये गरीबां ने दिहाड़ी करदियां आवी पातशाही दावा संभालिया आ। अज जिहड़े पातशाहां दीआं गद्दियां ते बैठे आ ਉਹ ਸਿੱਖੀ ਤੋਂ ਖਾਰਜ ਹੁੰਦੇ ਜਾ ਰਹੇ ਆ, ਉਹਨਾਂ ਦੇ ਪਰਿਵਾਰ ਖਾਰਜ ਹੁੰਦੇ ਜਾ ਰਹੇ ਆ। ਅੱਜ ਕੀ ਕਿਹਦੇ ਵਿੱਚ ਕਮੀ ਆ? ਅੱਜ ਵੇਖਿਆ ਸੁਣੋ, ਦਮਦਮਾ ਸਾਹਿਬ ਦੇ ਵਿੱਚ ਗੁਰਦੁਆਰਾ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਅਤੇ ਰਮਦਾਸੀ ਸਿੱਖਾਂ ਦਾ ਗੁਰਦੁਆਰਾ ਬੁੰਗਾ ਨਾਨਕਸਰ ਕਾਫੀ ਦਿਨਾਂ ਤੋਂ ਰੌਲਾ ਪੈ ਰਿਹਾ। ਗੁਰੂ ਦੇ ਪਿਆਰ ਵਾਲਿਓ, ਜੇ ਇਹਨਾਂ ਤੋਂ ਆ ਬੁੰਗੇ ਇਹ ਗੁਰਦੁਆਰੇ ਵੀ ਖੋਲੇ ਗਰੀਬਾਂ ਤੋਂ, ਤੇ ਕਿਹੜੇ ਧਰਮ ਨੂੰ ਜਾ ਕੇ ਮੰਨਣਗੇ? ਇਹ ਕਸੂਰ ਕਿਹਦਾ ਹੋਵੇਗਾ? ਇਹ ਜਿਹੜੇ ਅੱਜ ਕਹਿੰਦੇ ਪਏ ਆ ਕੌਮ ਦੇ ਠੇਕੇਦਾਰ ਬਣੇ ਆ ਵੀ ਅਸੀਂ ਕੌਮ ਦਾ ਪ੍ਰਚਾਰ ਕਰਦੇ ਪੂਰੀ ਦੁਨੀਆਂ ਦੇ ਵਿੱਚ, ਆਹ ਕੌਮ ਨੂੰ ਤਾਂ ਸਾਨੂੰ ਅੰਮ੍ਰਿਤ ਨਹੀਂ ਛਕਾਇਆ ਗਿਆ, ਜੇ ਕਿਸੇ ਨੇ ਅੰਮ੍ਰਿਤ ਛਕ ਵੀ ਲਿਆ ਤੇ ਉਹਨਾਂ ਦੇ ਅਸੀਂ ਬੁੰਗੇ ਖੋਈ ਜਾ ਰਹੇ ਹਾਂ, ਉਹਨਾਂ ਦੇ ਵੱਡਿਆਂ ਦੇ ਦਰਬਾਰ ਖੋਈ ਜਾ ਰਹੇ ਹਾਂ। ਤੇ ਪ੍ਰਬੰਧਕ ਕਮੇਟੀ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਿਲ ਹੋਣਗੇ? ਜੇ ਕਹੀਏ ਇੱਥੇ ਤਨਖਾਹ 10,000-20,000 ਰੁਪਈਆ ਮਿਲੇਗੀ ਮਹੀਨੇ ਦੀ, 2-2 ਲੱਖ ਰੁਪਈਆ ਤਨਖਾਹ ਲੈਂਦਾ ਪਿਆ ਇੱਕ ਮੁਲਾਜ਼ਮ। ਤੇ ਆਹ ਗਰੀਬਾਂ ਦੇ ਜਿਹੜੇ ਬਜ਼ੁਰਗ ਸੀ ਬਾਬਾ ਵੀਰ ਸਿੰਘ, ਧੀਰ ਸਿੰਘ, ਉਹਨਾਂ ਨੇ ਗੋਲੀ ਡਾਹ ਕੇ ਛਾਤੀ ਡਾਹ ਕੇ ਗੋਲੀਆਂ ਆਪਦੀ ਛਾਤੀ ਦੇ ਵਿੱਚ ਡਰੀਆਂ। ਤੇ ਜਿਹੜੇ ਭਾਈ ਡੱਲੇ ਵਰਗੇ ਕਹਿੰਦੇ ਸੀ 500 ਜਵਾਨ ਮੇਰਾ, ਉਹ ਗੁਰੂ ਤੋਂ ਪਿਆਰੇ ਉਦੋਂ ਭਦੌੜੇ ਹੋ ਗਏ। ਤੇ ਇਹਨਾਂ ਦੇ ਪਰਿਵਾਰਾਂ ਦਾ ਅੱਜ ਕੋਈ ਖਾੜ ਨਹੀਂ ਲੈ ਰਿਹਾ। ਤੇ ਬੇਨਤੀ ਕਰਦੇ ਜਿਵੇਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੁੰਗਾ, ਉਹ ਵੀ ਗੁਰਮੁਖੋਂ ਪਿਆਰਿਓ, ਸਾਰੀ ਕੌਮ ਧਿਆਨ ਦੇਵੇ, ਉਹ ਬੁੰਗਾ ਦੁਬਾਰਾ ਫੇਰ ਬਣਾਉਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਇਹ ਰੰਗਰੇਟਿਆਂ ਦਾ ਬੁੰਗਾ ਬਣਾਓ। ਇਹ ਭਾਗਾਂ ਵਾਲਿਓ, ਬੁੰਗੇ ਦੀ ਵੀ ਇਸ ਤਰ੍ਹਾਂ ਹੀ ਹੱਲਾ ਮਾਰ ਕੇ ਫੌਜਾਂ ਨੇ, ਉਹ ਹੀ ਬੁੰਗੇ ਦੀ ਵੀ ਯਾਦ ਕਰਾਉਣਾ ਬੁੰਗਿਆਂ ਨੂੰ। ਕੌਮ ਦੀਆਂ ਗੁਰਮੁਖੋਂ ਪਿਆਰਿਓ, ਇੱਥੇ ਫਤਿਹ ਬੁਲਾਈਏ, ਬਹੁਤ ਵਿਚਾਰਾਂ ਹੋ ਚੁੱਕੀਆਂ ਹਨ। ਸਾਰੀਆਂ ਸੰਗਤਾਂ ਦਾ ਧੰਨਵਾਦ। ਤੇ ਇਹਨਾਂ ਗਰੀਬ ਸਿੱਖਾਂ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਸਰਕਾਰਾਂ ਨੂੰ। ਤੇ ਅੱਜ ਬੁਲਾਓ ਫਤਿਹ, ਪਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਰਾਜ ਕੌਰ ਨੂੰ ਗੁਰਮੁਖੋਂ ਪਿਆਰੋ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰਮੁਖੋਂ ਪਿਆਰੋ, ਇਹਨਾਂ ਕੌਮ ਦੀ ਇਹਨਾਂ ਦੀ ਗੱਲਬਾਤ ਸੁਣਨ ਦਾ ਸਾਰਿਆਂ ਨੂੰ ਇਹਨਾਂ ਨੂੰ ਜ਼ਿੰਮੇਵਾਰੀ ਲਾਈ ਆ, ਇਹਨਾਂ ਦੇ ਗੱਲਬਾਤ ਸੁਣਿਆ ਕਰੋ। ਬੁਲਾਓ ਫਤਿਹ, ਪਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੇ ਜਾਵੇ ਸੋ ਨਿਹਾਲ ਹੋ ਜਾਵੇ, ਕਲਗੀ ਧਾਰ ਪਿਤਾ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਦਰਸ਼ਕੋ, ਤੁਸੀਂ ਇਹ ਵੀਡੀਓ ਜਥੇਦਾਰ ਪ੍ਰਗਟ ਸਿੰਘ ਨਿਹੰਗ ਸਿੰਘ ਦੀ ਸੁਣੀ ਅਤੇ ਜੋ ਇਤਿਹਾਸਿਕ ਮੁੰਗੇ ਮਜ਼ਹਬੀ ਸਿੱਖਾਂ ਪਾਸ ਹਨ ਉਹਨਾਂ 'ਤੇ ਕਮੇਟੀ ਕਾਬਜ ਹੋਣਾ ਚਾਹੁੰਦੀ ਹੈ, ਆਪਣੇ ਵਿਚਾਰ ਕਮੈਂਟ ਕਰਕੇ ਦੇਣੇ ਕਰੋ। ਨਵੇਂ ਦਰਸ਼ਕ, ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫਾਲੋ ਕਰਨਾ ਨਾ ਭੁੱਲਣਾ। ਧੰਨਵਾਦ।